ਬਰਾਬਰ ਪਟਿਆਲਾ ਤੋਂ ਹੈ। ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਵਿਖੇ ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵੱਲੋਂ 9 ਦਿਨਾਂ ਤੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ। ਸਹਾਇਕ ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ 10-15 ਸਾਲਾਂ ਤੋਂ ਸਰਕਾਰੀ ਕਾਲਜਾਂ ਵਿੱਚ ਪੜ੍ਹਾ ਰਹੇ ਹਾਂ, ਲੇਕਿਨ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਹੁਣ ਸਰਕਾਰ ਇੱਕ ਐਡ ਦੇ ਰਹੀ ਹੈ ਜਿਸ 'ਚ ਜਿਹੜੀਆਂ ਪੋਸਟਾਂ 'ਤੇ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਨੂੰ ਭਰਨ ਦੀ ਗੱਲ ਕਰੀ ਜਾ ਰਹੀ ਹੈ। ਜੇਕਰ ਸਰਕਾਰ ਇਸ ਤਰ੍ਹਾਂ ਕਰੇਗੀ ਤਾਂ ਫਿਰ ਸਾਡੀਆਂ ਨੌਕਰੀਆਂ ਚਲੀਆਂ ਜਾਣਗੀਆਂ। ਔਰ ਸਰਕਾਰ ਨੇ ਸਾਨੂੰ ਇੱਕ ਸ਼ਰਤ ਰੱਖੀ ਹੈ ਕਿ ਤੁਸੀਂ ਵੀ ਨਵੇਂ ਕੈਂਡੀਡੇਟਾਂ ਵਾਂਗ ਟੈਸਟ ਦਿਓ, ਜੇ ਤੁਸੀਂ ਟੈਸਟ 'ਚ ਪਾਸ ਹੁੰਦੇ ਹੋ ਤਾਂ ਹੀ ਤੁਹਾਨੂੰ ਇਹਨਾਂ ਨੌਕਰੀਆਂ 'ਤੇ ਰੱਖਿਆ ਜਾਵੇਗਾ। ਲੇਕਿਨ ਸਹਾਇਕ ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਭਰਤੀ ਹੋਏ ਸੀ ਤਾਂ ਅਸੀਂ ਸਾਰੇ ਮਾਪਦੰਡ ਪੂਰੇ ਕੀਤੇ ਸੀ, ਹਰ ਤਰ੍ਹਾਂ ਦਾ ਟੈਸਟ ਕਲੀਅਰ ਕਰਕੇ ਅਸੀਂ ਪੜ੍ਹਾਉਣ ਲੱਗੇ ਸੀ। ਹੁਣ ਸਾਡਾ ਤਜਰਬਾ ਪੜ੍ਹਾਉਣ ਦਾ 15-20 ਸਾਲ ਦਾ ਹੋ ਗਿਆ ਹੈ ਔਰ ਹੁਣ ਸਰਕਾਰ ਸਾਨੂੰ ਐਸੀਆਂ ਸ਼ਰਤਾਂ ਕਿਉਂ ਰੱਖ ਰਹੀ ਹੈ? ਇਹੀ ਕਾਰਨ ਹੈ ਕਿ 15-20 ਸਾਲ ਤੋਂ ਸਹਾਇਕ ਪ੍ਰੋਫੈਸਰ ਵਜੋਂ ਪੜ੍ਹਾ ਰਹੇ ਪ੍ਰੋਫੈਸਰਾਂ ਨੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਦੇਖਦੇ ਹਾਂ ਕੀ ਹੈ ਇਹ ਪੂਰਾ ਮਾਮਲਾ। ਮੈਡਮ, ਮੇਰਾ ਨਾਮ ਪ੍ਰੋਫੈਸਰ ਹੁਕਮਚੰਦ, ਗੈਸਟ ਫੈਕਲਟੀ ਸਹਾਇਕ ਪ੍ਰੋ ਐਸੋਸੀਏਸ਼ਨ ਪੰਜਾਬ। ਅਸੀਂ ਜਿਹੜੇ ਲੋਕ ਪਿਛਲੇ 8-9 ਦਿਨਾਂ ਤੋਂ ਇੱਥੇ ਜਿਹੜੇ ਧਰਨੇ ਦੇ ਉੱਤੇ ਬੈਠੇ ਹਾਂ, ਇਹਦਾ ਕਾਰਨ ਇਹੀ ਹੈ ਕਿ ਅਸੀਂ ਲੋਕ ਜਿਹੜੇ 15-20 ਸਾਲਾਂ ਤੋਂ ਪਿੱਛੇ ਪੜ੍ਹਾ ਰਹੇ ਹਾਂ ਸਰਕਾਰੀ ਕਾਲਜਾਂ ਦੇ ਵਿੱਚ, ਪਰ ਸਰਕਾਰ ਨੇ ਮਿਤੀ 19-10-2021 ਨੂੰ ਇੱਕ ਪੱਤਰ ਜਾਰੀ ਕਰਕੇ ਵੱਖ ਵੱਖ ਅਖਬਾਰਾਂ ਦੇ ਵਿੱਚ ਐਡ ਦੇ ਕੇ ਸਾਡੀਆਂ ਪੋਸਟਾਂ ਜਿਨ੍ਹਾਂ 'ਤੇ ਅਸੀਂ ਕੰਮ ਕਰ ਰਹੇ ਹਾਂ ਆਲਰੇਡੀ, ਉਹ ਐਡ ਦੇ ਕੇ ਜਿਹੜੀਆਂ ਪੋਸਟਾਂ ਭਰਨ ਦੇ ਲਈ ਪ੍ਰਕਿਰਿਆ ਸ਼ੁਰੂ ਕਰਤੀ ਹੈ। ਅਤੇ ਜੇ ਉਹ ਪ੍ਰਕਿਰਿਆ ਪੂਰੀ ਹੁੰਦੀ ਹੈ, ਜੇ ਉਹ ਪੋਸਟਾਂ ਭਰੀਆਂ ਜਾਂਦੀਆਂ ਤਾਂ ਨੈਚੁਰਲ ਹੈ ਸਾਡੇ ਲੋਕ ਜਿਹੜੇ ਬਾਹਰ ਹੋਣਗੇ। ਹੁਣ ਸਰਕਾਰ ਸਾਨੂੰ ਕਹਿ ਰਹੀ ਹੈ ਕਿ ਤੁਸੀਂ ਟੈਸਟ ਦਿਓ ਅਤੇ ਟੈਸਟ ਕਲੀਅਰ ਕਰਨ ਤੋਂ ਬਾਅਦ ਤੁਸੀਂ ਜਿਹੜੇ ਇਸ ਪੋਸਟਾਂ 'ਤੇ ਆਓ। ਅਸੀਂ ਤੁਹਾਡੇ ਮਾਧਿਅਮ ਰਾਹੀਂ, ਮੀਡੀਆ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਅਸੀਂ ਲੋਕ ਆਏ ਸੀ, ਅੱਜ ਤੋਂ 15 ਸਾਲ ਪਹਿਲਾਂ, ਅੱਜ ਤੋਂ 10 ਸਾਲ ਪਹਿਲਾਂ, ਅੱਜ ਤੋਂ 9 ਸਾਲ ਪਹਿਲਾਂ, ਤਾਂ ਅਸੀਂ ਉਹ ਸਾਰੇ ਟੈਸਟ ਸਾਰੀਆਂ ਕੁਆਲੀਫਿਕੇਸ਼ਨਸ ਪੂਰੀਆਂ ਕਰਕੇ ਆਏ ਸੀ ਅਤੇ ਅਸੀਂ ਇਹਨਾਂ ਕਾਲਜਾਂ ਨੂੰ ਪੜ੍ਹਾ ਰਹੇ ਹਾਂ। ਸਰਕਾਰ ਨੇ ਪਿਛਲੇ 20-25 ਸਾਲਾਂ ਤੋਂ ਭਰਤੀ ਕੋਈ ਨਹੀਂ ਕੀਤੀ ਹੈਗੀ, ਅਤੇ ਜੇ ਨਹੀਂ ਕੀਤੀ ਤਾਂ ਸਾਡੇ ਰਾਹੀਂ ਸਾਨੂੰ ਜਿਹੜਾ ਥੋੜ੍ਹੀਆਂ ਤਨਖਾਹਾਂ ਦੇ ਕੇ, ਪਹਿਲਾਂ 5,000, ਫਿਰ 7,000, ਫਿਰ 10,000, ਫਿਰ 21,600, ਹੁਣ ਸਾਨੂੰ ਕਰੰਟ 21,600 ਰੁਪਇਆ ਮਿਲ ਰਿਹਾ ਸੀ, 12 ਮਹੀਨੇ ਮਿਲ ਰਿਹਾ, ਅਤੇ ਹੁਣ ਸਰਕਾਰ ਕਹਿੰਦੀ ਹੈ ਬਾਹਰ ਜਾਓ, ਠੀਕ ਹੈ, ਅਤੇ ਤੁਸੀਂ ਨੌਨ ਕੁਆਲੀਫਾਈਡ ਹੋ, ਤੁਸੀਂ ਇਹ ਹੋ, ਤੁਸੀਂ ਵੋ ਹੋ। ਹੁਣ ਸਾਡੇ ਵਿੱਚੋਂ ਬਹੁਤ ਸਾਰੇ ਪ੍ਰੋਫੈਸਰ ਉਮਰ ਹੱਦ ਲੰਘ ਚੁੱਕਿਆ ਜਿਹੜੀ ਨੌਕਰੀ ਲੱਗਣ ਦੀ, ਰਿਟਾਇਰਮੈਂਟ ਦੇ ਨਜ਼ਦੀਕ ਹੈ। ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ, ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਘਰ ਘਰ ਰੁਜ਼ਗਾਰ, ਠੀਕ ਹੈ, ਅਤੇ ਦੂਜੇ ਪਾਸੇ ਜਿਹੜੀਆਂ ਸਾਡੀਆਂ ਨੌਕਰੀਆਂ ਜਿਹੜੀਆਂ ਅਸੀਂ ਆਲਰੇਡੀ ਕੰਮ ਕਰ ਰਹੇ ਹਾਂ ਸਰਕਾਰੀ ਅਦਾਰਿਆਂ ਦੇ ਵਿੱਚ, ਤਾਂ ਸਾਨੂੰ ਜਿਹੜਾ ਸਾਡੇ ਰੁਜ਼ਗਾਰ ਨੂੰ ਖੋ ਕੇ ਸਾਡੇ ਚੁੱਲ੍ਹੇ ਜਿਹੜੇ ਬੰਦ ਕਰਨ ਦੀ ਤਿਆਰੀ 'ਚ ਕਰੀ ਬੈਠੇ ਹੋ, ਤਾਂ ਇਹ ਤਾਂ ਕੋਈ ਘਰ ਘਰ ਰੁਜ਼ਗਾਰ ਨਹੀਂ ਹੋਇਆ। ਤਾਂ ਸਾਡੀ ਸਰਕਾਰ ਤੋਂ ਅਪੀਲ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਉਹ ਇਹ ਹੈ ਕਿ ਜਿਹੜੀਆਂ ਵੀ ਤੁਸੀਂ ਪੋਸਟਾਂ ਭਰਨੀਆਂ, ਉਹ 550 ਦੇ ਕਰੀਬ ਪੋਸਟਾਂ ਖਾਲੀ ਪਈਆਂ, ਠੀਕ ਹੈ, ਉਸ ਤੋਂ ਇਲਾਵਾ ਤੁਸੀਂ ਪੋਸਟਾਂ ਵਧਾ ਵੀ ਸਕਦੇ ਹੋ। ਇਹ 1992 ਦੀਆਂ ਪੋਸਟਾਂ ਨੇ, ਇਹਨਾਂ ਨੂੰ ਵਧਾਓ, ਕਾਲਜਾਂ ਦੇ ਵਿੱਚ ਬਹੁਤ ਜ਼ਰੂਰਤ ਹੈ ਅਧਿਆਪਕਾਂ ਦੀ, ਸਾਡੀਆਂ ਪੋਸਟਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਅਸੀਂ 906 ਦੇ ਕਰੀਬ ਜਿਹੜੇ ਗੈਸਟ ਫੈਕਲਟੀ ਕੰਮ ਕਰ ਰਹੇ ਹਾਂ ਪੰਜਾਬ ਦੇ 48 ਸਰਕਾਰੀ ਕਾਲਜਾਂ ਦੇ ਵਿੱਚ, ਇਸੇ ਤਰ੍ਹਾਂ 225 ਦੇ ਨੀਅਰ ਅਬਾਊਟ ਜਿਹੜੇ ਪਾਰਟ ਟਾਈਮਰ ਜਿਹੜੇ ਕੰਮ ਕਰ ਰਹੇ ਆ, ਅਤੇ 11 ਦੇ ਨੀਅਰ ਅਬਾਊਟ ਜਿਹੜੇ ਕੰਟਰੈਕਟ ਅਧਿਆਪਕ ਜਿਹੜੇ ਕੰਮ ਕਰ ਰਹੇ ਆ। ਸੋ ਸਾਡੀ ਸਾਰਿਆਂ ਦੀ ਇਹੀ ਅਪੀਲ ਹੈ ਕਿ ਸਰਕਾਰ ਸਾਡੀਆਂ ਪੋਸਟਾਂ ਨੂੰ ਜਿਹੜੀਆਂ ਬਚਾ ਕੇ, ਸਾਨੂੰ ਜਿਹੜਾ ਬਚਾਉਂਦੇ ਹੋਏ ਸਾਡੀਆਂ ਨੌਕਰੀਆਂ ਨੂੰ ਸਿਕਿਓਰ ਕਰਦੇ ਹੋਏ, ਬਾਕੀ ਦੀਆਂ ਜਿਹੜੀਆਂ ਪੋਸਟਾਂ ਜਿਹੜੀਆਂ ਖਾਲੀ ਪਈਆਂ, ਨਰੋਲ ਖਾਲੀ ਪਈਆਂ, ਉਹਨਾਂ ਦੇ ਉੱਤੇ ਭਰਤੀ ਕਰੇ ਅਤੇ ਪੋਸਟਾਂ ਨੂੰ ਇਨਕਰੀਜ਼ ਕੀਤਾ ਜਾਵੇ, ਵਧਾਇਆ ਜਾਵੇ, ਠੀਕ ਹੈ, ਤਾਂ ਕਿ ਜਿਹੜੇ ਨਵੇਂ ਯੂਥ ਨੂੰ ਵੀ ਮੌਕਾ ਮਿਲ ਸਕੇ ਅਤੇ ਜਿਹੜੇ ਅਸੀਂ ਲੋਕ ਇੰਨਾ ਸਾਲ ਗਵਾ ਚੁੱਕੇ ਹਾਂ ਆਪਣੀ ਜ਼ਿੰਦਗੀ ਦੇ, ਸੁਨਹਿਰੀ ਸਮਾਂ ਦੇ ਚੁੱਕੇ ਹਾਂ, ਅਤੇ ਸਾਡੇ ਜਿਹੜੀਆਂ ਨੌਕਰੀਆਂ ਨੂੰ ਬਚਾਇਆ ਜਾਵੇ। ਅੱਜ ਕੋਈ ਲੋਨ ਦੇ ਉੱਤੇ ਘਰ ਲੈ ਕੇ ਬੈਠਾ, ਕਿਸੇ ਦੇ ਬੱਚੇ ਪੜ੍ਹ ਰਹੇ ਹੈ, ਕੋਈ PhD ਕਰ ਰਿਹਾ ਜਾਂ ਕਰਨ ਦੇ ਲਾਸਟ ਸਟੇਜ ਦੇ ਉੱਤੇ ਹੈ, ਉਹਦੀਆਂ ਫੀਸਾਂ ਭਰ ਰਹੇ, ਅਸੀਂ ਲੋਕ ਕਿੱਥੇ ਜਾਵਾਂਗੇ? ਸਾਡੇ ਨਾਲ ਲੱਖਾਂ ਬੱਚੇ ਜੁੜੇ ਹੋਏ ਨੇ। ਅੱਜ ਤੁਸੀਂ ਮਹਿੰਦਰਾ ਕਾਲਜ ਦੇਖ ਲਓ, 9,000 ਬੱਚਾ, ਰੈਗੂਲਰ ਟੀਚਰ ਵੀ ਸਟ੍ਰਾਈਕ ਦੇ ਉੱਤੇ ਹੈ, 9,000 ਬੱਚਾ ਬਾਹਰ ਰੁੜ ਰਿਹਾ। ਇਸੇ ਤਰ੍ਹਾਂ ਪੂਰੇ ਪੰਜਾਬ ਦਾ ਹਾਲ ਹੈ, ਪੂਰੇ ਪੰਜਾਬ ਦੇ ਵਿੱਚ 48 ਕਾਲਜ, ਸਾਰੇ ਬੰਦੇ ਗੈਸਟ ਫੈਕਲਟੀ ਸਾਰੇ ਸਟ੍ਰਾਈਕ ਦੇ ਉੱਤੇ ਬੈਠੇ ਨੇ, ਅਤੇ ਲੱਖਾਂ ਬੱਚਾ ਅੱਜ ਸੜਕਾਂ ਦੇ ਉੱਤੇ ਘੁੰਮ ਰਿਹਾ। ਉਹਦੇ ਕਾਰਨ ਇਹ ਕਿਹਦੀ ਨਲਾਇਕੀ ਹੈ? ਸਰਕਾਰ ਦੀ ਨਲਾਇਕੀ ਹੈ। ਸਰਕਾਰ ਨੂੰ ਇੰਨੇ ਦਿਨ ਹੋ ਗਏ ਸਾਨੂੰ ਗੱਲਾਂ ਸੁਣਾਉਂਦੇ ਨੂੰ, ਸਾਡੀ ਇੱਕ ਵੀ ਗੱਲ ਹਜੇ ਤੱਕ ਨਹੀਂ ਸੁਣੀ ਗਈ, ਠੀਕ ਹੈ। ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ, ਜੇ ਸਰਕਾਰ ਸਾਡੀ ਮੰਗ ਮੰਨਦੇ ਹੋਏ ਸਾਨੂੰ ਲਿਖਤੀ ਇੱਕ ਚਿੱਠੀ ਸਰਕਾਰ ਨਹੀਂ ਕੱਢਦੀ। ਦੂਜੀ ਗੱਲ, ਆ ਬੱਚੇ ਬੈਠੇ ਆ, ਇਹਨਾਂ ਤੋਂ ਨਜਾਇਜ਼ PTA ਫੰਡ ਲਿਆ ਜਾਂਦਾ, ਕਿਤੇ 19,000, ਕਿਤੇ 8,000, ਕਿਤੇ 20,000। ਇਹ ਗਰੀਬ ਬੱਚੇ ਇੰਨੇ ਇੰਨੇ PTA ਫੰਡ ਦੇ ਕੇ ਕਿੱਥੋਂ ਪੜ੍ਹਨ? ਤੁਸੀਂ ਇਹਨਾਂ ਤੋਂ ਵੀ ਪੁੱਛ ਸਕਦੇ ਹੋ ਇਹ ਗੱਲਾਂ।
ਇਹ ਪੂਰੇ ਪੰਜਾਬ ਲੈਵਲ ਤੇ ਜੀ 48 ਸਰਕਾਰੀ ਕਾਲਜ ਆ ਜਾ ਕੇ ਦੇਖ ਲਓ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਸਰਕਾਰੀ ਕਾਲਜਾਂ ਦੇ ਮੂਹਰੇ ਧਰਨੇ ਲੱਗੇ ਹੋਏ ਆ ਬੰਦ ਪਏ ਆ ਜੀ ਇਹ ਪੰਜਾਬ ਲੈਵਲ ਦਾ ਧਰਨਾ ਹੈ ਗਵਰਨਮੈਂਟ ਗੈਸਟ ਆਫ ਕੁਆਲਿਟੀ ਸਰਕਾਰ ਹਾਈ ਪ੍ਰੋਫੈਸਰ ਐਸੋਸੀਏਸ਼ਨ ਵੱਲੋਂ चरणजीत चन्नी जी मुख्यमंत्री बने हैं उन्होंने कहा भी मैं किसी नूं भी जिहड़ा नौकरी तो बाहर नहीं कढ़न दूंगा साडी अपील है उन्होंने ठीक है भी असी लोग ऑलरेडी पिछलियां सरकारां ने सानू जिहड़ा रुजगार दिता होया सी लगे हुए सीगे तुसीं साडे रुजगार नूं पक्का करो ना कि सानू बाहर कढ़ो ठीक है साडी मंग है उन्होंने कि साडा हाल देखो असीं उन्होंने दो बार मिल चुके हैं पैनल मीटिंग हो चुकी है साडी ठीक है साडी मंग बहुत जायज़ है तो साड़ी मांग नूं सुनो असी पढ़िया लिखिया वर्ग हैं ए क्लास गजटेड पोस्ट पर काम कर रहे हैं तो सड़कों पर बैठे हैं तो दिवाली भी असी काली दिवाली मनाई है इत्थे बैठ के साड़ी जिहड़ी आम पब्लिक की पुकार है साड़ियां मंगां सुनो असी ये सड़क के उत्ते बैठने लिए नौकरी ज्वाइन नहीं की थी असी बच्चों नूं पढ़ाना है बच्चों का भविख बनाना है ये ताही होगा पॉसीबल जे तुसी साड़ी मांग नूं मन के सानू जिहड़ियां साड़ियां नौकरियां नूं सुरक्षित करोगे। पटियाला तो बिंदु शर्मा की एक खास रिपोर्ट। फ्री लीफ आयुर्वैदिक ऑयल 125 बीमारियों का संपूर्ण इलाज जिमें गठिया सर्वाइकल माइग्रेन अते शरीर में किसी भी किस्म की दर्द क्यों ना हुंदी होवे इत्थों तक कि ब्लॉकेज दे नाल बनिया कई बीमारियों का इको एक इलाज है फ्री रिलीफ आयुर्वैदिक ऑयल यानी कि 125 बीमारियों का संपूर्ण इलाज। फ्री रिलीफ विजिलैक्स वेट लूज मोटापे तो परेशान होने की जरूरत नहीं वजन घटाओ ते खुश हो जाओ। फ्री लीफ पावर मर्दाना कमजोरी नू खत्म करता है ते नरक भरी जिंदगी विच लियांदा है रौनक। फ्री लीफ पावर कब्ज़ तो परेशान होने की हुण जरूरत नहीं है कब्ज़ तो छुटकारा पाउण लई आ गया कब्ज़ हर चूरन। कब्ज़ हर चूरन नू अपनाओ ते कब्ज़ तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 9478484087 नंबर एक बार फिर तुसी नोट कर सकते हो 9478484087।